ਤੁਹਾਨੂੰ ਸਾਰਿਆਂ ਨੂੰ ਜਿਹੜੀ ਚੀਜ਼ ਮੈਂ ਹੁਣ ਵਿਖਾਉਂਦਾ ਉਹਦੇ 'ਚ ਤੁਹਾਨੂੰ ਇੰਝ ਲੱਗਣਾ ਕਿ ਸ਼ਾਇਦ ਭਾਈ ਨੂੰ ਭੁੱਖ ਬੜੀ ਲੱਗੀ ਸੀ ਅਤੇ ਭਾਈ ਪਹਿਲਾਂ ਜਾ ਕੇ ਬਹਿ ਗਏ ਨੇ ਕਿਉਂਕਿ ਪਹਿਲਾਂ ਜਿਹੜਾ ਨਾ ਮੈਰਿਜ ਹਾਲ ਮੈਂ ਹੀ ਆ ਗਿਆ ਅਤੇ ਆਪ ਦੇ ਥੈਂਕ ਯੂ ਸੋ ਮੱਚ ਦਾਦੇ ਜਦਾਂ ਗੱਲਾਂ ਚੰਗਾ ਮਨ ਸਾਹਿਬ ਚਾਲ ਸਾਹਿਬ ਦਾ ਹਰੀਅਤ ਨਾਲੋ ਠੀਕ ਠਾਕ ਹੋ ਖੁਸ਼ ਰਹੋ ਬਾਦ ਰਹੋ ਕਈ ਲੋਕ ਮੈਨੂੰ ਬੜੇ ਟਿਪਸ ਦਿੰਦੇ ਨੇ ਕਿ ਵਲੌਗ ਇੰਝ ਬਣਾਈਦਾ ਵਲੌਗ ਇੰਝ ਕਰੀਦਾ ਭਾਈ ਆਪਣਾ ਸਟਾਈਲ ਤੇ ਆਪਣੀ ਮਰਜ਼ੀ ਚੱਲਣੀ ਚਾਹੀਦੀ ਹੈ ਸੋ ਮੈਂ ਕੋਸ਼ਿਸ਼ ਕਰਨਾ ਕਿ ਆਪਣੀ ਰੀਅਲ ਲਾਈਫ ਮਤਲਬ ਜਿਹੜੀ ਹੈ ਉਹ ਸ਼ੇਅਰ ਕਰਨ ਦੀ ਤੁਹਾਡੇ ਨਾਲ ਅਤੇ ਡੇਲੀ ਰੂਟੀਨ ਮੇਰੀ ਜਿਹੜੀ ਹੁੰਦੀ ਉਹਦੇ 'ਚ ਜਿਹੜੇ ਪਾਰਟਸ ਤੁਹਾਡੇ ਨਾਲ ਸ਼ੇਅਰ ਕਰਨ ਨਾਲ ਹੁੰਦੇ ਨੇ ਕਿਉਂਕਿ ਸਮਟਾਈਮਸ ਮੈਨੂੰ ਡਿਫਰੈਂਟ ਅਦਾਰਿਆਂ 'ਚ ਜਾਣਾ ਪੈਂਦਾ ਪੁਲਿਸ ਸਟੇਸ਼ਨ 'ਚ ਜਾਣਾ ਪੈਂਦਾ ਕੋਈ ਕਿਸੇ ਦਾ ਮਤਲਬ ਪੰਚਾਇਤੀ ਭਰਿਆ ਪੰਚਾਇਤ ਕਰਨੀ ਪੈਂਦੀ ਹੈ ਫਿਰ ਸੋ ਆਪਣੇ ਵੀ ਇਸ ਤਰ੍ਹਾਂ ਦੇ ਮਾਮਲਾਤ ਹੁੰਦੇ ਨੇ ਕਿ ਜਿਹੜਾ ਬੰਦਾ ਪਬਲਿਕਲੀ ਸ਼ੇਅਰ ਨਹੀਂ ਕਰ ਸਕਦਾ ਕਿਸੇ ਦੇ ਵੀ ਸੀਕਰੇਟਸ ਹੁੰਦੇ ਨੇ ਸੋ ਇਸ ਵਜ੍ਹਾ ਤੋਂ ਮੈਂ ਫਿਰ ਉਹ ਸਕਿਪ ਕਰ ਜਾਣਾ ਅਤੇ ਅਗਰ ਤੁਸੀਂ ਉਹਨੂੰ ਡਿਸਲਾਈਕ ਕਰਦੇ ਤਾਂ ਮੈਂ ਉਹਦੇ ਵਾਸਤੇ ਮਾਜ਼ਰਤ ਆਵਾਂ ਲੇਕਿਨ ਮੈਂ ਕੋਸ਼ਿਸ਼ ਕਰਨਾ ਕਿਉਂਕਿ ਮੈਂ ਆਪਣਾ ਅੱਛੇ ਤੋਂ ਅੱਛਾ ਵਲੌਗ ਜਿਹੜਾ ਜਾਂ ਆਪਣੀ ਰੂਟੀਨ ਜਿਹੜੀ ਹੈ ਪੋਜ਼ਿਟਿਵ ਤੁਹਾਡੇ ਨਾਲ ਉਹ ਸ਼ੇਅਰ ਕਰ ਸਕਾਂ ਤੁਸੀਂ ਮੈਨੂੰ ਬਰਦਾਸ਼ਤ ਕਰਦੇ ਹੋ ਸਪੋਰਟ ਕਰਦੇ ਹੋ ਤੁਹਾਡਾ ਸਭ ਦਾ ਸ਼ੁਕਰੀਆ ਯਾਰਾਂ ਦੀ ਸਵਾਰੀ ਇਸ ਟਾਈਮ ਜਾ ਰਹੀ ਹੈ ਜੀ ਇੱਕ ਵਲੀਮਾ ਅਟੈਂਡ ਕਰਨ ਮੇਰੇ ਅਜ਼ੀਜ਼ ਨੇ ਉਹਨਾਂ ਦਾ ਅੱਜ ਵਲੀਮਾ ਤੇ ਉਧਰ ਰਵਾਂ ਦਵਾਂ ਸਾਡੇ ਮਲਕ ਸਾਹਿਬ ਨੇ ਮਲਕ ਸਾਹਿਬ ਕੀ ਹਾਲ ਹੈ ਠੀਕ ਹੋ ਅੱਜ ਕੀ ਰੇਟ ਕੱਢਿਆ ਜੇ ਮੁਰਗੇ ਦਾ 493 ਰੁਪਏ ਸਾਰਾ ਕੁਝ ਜਾਂ ਸੈਪਰੇਟ ਬੋਟ ਕਲੇਜੀ ਸਮੇਤ ਠੀਕ ਹੋ ਗਿਆ ਹੋਰ ਸਭ ਖੈਰ ਕਰੀਏ ਤੇ ਥੈਂਕ ਯੂ ਸੋ ਮੱਚ ਦਾਦੇ ਜਦਾਂ ਗੱਲਾਂ ਚੰਗਾ ਮਲਕ ਸਾਹਿਬ ਤੁਹਾਨੂੰ ਸਾਰਿਆਂ ਨੂੰ ਜਿਹੜੀ ਚੀਜ਼ ਮੈਂ ਹੁਣ ਵਿਖਾਉਂਦਾ ਉਹਦੇ 'ਚ ਤੁਹਾਨੂੰ ਇੰਝ ਲੱਗਣਾ ਕਿ ਸ਼ਾਇਦ ਭਾਈ ਨੂੰ ਭੁੱਖ ਬੜੀ ਲੱਗੀ ਸੀ ਅਤੇ ਭਾਈ ਪਹਿਲਾਂ ਜਾ ਕੇ ਬਹਿ ਗਏ ਨੇ ਕਿਉਂਕਿ ਪਹਿਲਾਂ ਜਿਹੜਾ ਨਾ ਮੈਰਿਜ ਹਾਲ ਮੈਂ ਹੀ ਆ ਗਿਆ ਅਤੇ ਮੇਰੇ ਨਾਲ ਵੀ ਅੱਜ ਮੈਨੂੰ ਲੱਗਦਾ ਕੋਈ ਪ੍ਰੈਂਕ ਹੀ ਹੋ ਗਿਆ ਹਾਂਜੀ ਚਲੋ ਹੁਣ ਬਹਿ ਕੇ ਇੰਤਜ਼ਾਰ ਕਰਨੇ ਆ ਫਿਰ ਅੱਲਾ ਹੈਰ ਕਰੇ ਲਓ ਜੀ ਸ਼ੁਕਰ ਅਲਹਮਦੁਲਿਲਾ ਰੌਣਕ ਲੱਗ ਗਈ ਹੈ ਲੋਕ ਆ ਗਏ ਨੇ ਮੈਂ ਤੁਹਾਨੂੰ ਵਿਖਾਇਆ ਸੀ ਅੱਗੇ ਕਿ ਮੈਂ ਸ਼ਾਇਦ ਭੁੱਖ ਲੱਗ ਗਈ ਸੀ ਅਤੇ ਮੈਂ ਪਹਿਲੇ ਆ ਗਿਆ ਦੁਲਾ ਮੀਆਂ ਵੀ ਆ ਗਿਆ ਲੈਣ ਦਿਓ ਸਰ ਲੈਣ ਦਿਓ ਫੋਟੋ ਬਣਾਈਏ।